भयानक सड़क हादसे दे विच एक अठ भैणां दे इक लौते भरा दी दर्दनाक मौत हो गई है, जिस तों बाद परिवार दा रो रो के बुरा हाल है। दसिया जा रहा है कि यह नौजवान मोटरसाइकिल ते सवार होके जा रहा सी, तां सड़क विचाले एक ट्रक खड़ा सी जिसका पिछों डाला भी खुलिया होया सी, अते तेज रफ्तार मोटरसाइकिल खड़े ट्रक दे विच इन्नी जोर दे नाल वजदा आ कि नौजवान की मौके ते ही मौत हो जाती है। मृतक की पछाण जसबीर सिंह दे वजों हुई है, जिसकी उम्र महज 34 साल सी ते अठ भैणां दा इक लौता भरा सी, जो कि अपनी ही भैन दे घर तों वापस परत रहा सी। ताहा मार मार रोंदे परिवार दा हाल देखिया नहीं जांदा, क्योंकि इह घर दा इक लौता चिराग सी जो हमेशा दे लई बुझ गया है। हालांकि परिवारिक मैंबरां दे वल्लों इत्थे ट्रक चालक की गलती दसी जा रही है, क्योंकि सड़क के बिल्कुल ही विचाले यह ट्रक खड़ा सी जिस वाल ध्यान नहीं गया, अते ए मोटरसाइकिल जिसते नौजवान सवार सी बड़ी जोर दे नाल ट्रक दे नाल टकराउंदा है अते मौके ते ही नौजवान की मौत हो जाती है। यह हादसा समराला के नेड़े पिंड ढिलवां दे कोल वापरिया, जिथे नौजवान सवेर समय अपनी भैन के घर तो वापस परत रहा सी, मोटरसाइकिल ते सवार सी ते सड़क दे विचकार ही एक ट्रक खड़ा सी जिस दे नाल मोटरसाइकिल दी पिछों टक्कर हो गई। टक्कर इन्नी जोर दे नाल हुई कि नौजवान दी मौके ते ही जान निकल गई। फिलहाल परिवारिक मैंबरां दे वल्लों इंसाफ दी मांग कीती जा रही है ते ट्रक चालक दे खिलाफ कार्रवाई दी मांग भी कीती गई है। मेरा नाम गुरप्रीत सिंह है। गुरप्रीत सिंह जिन्हें डेथ हुई है उन्होंने नाम की है? उन्होंने जसवीर सिंह है जी। कितनी उम्र उन्होंने दी है जी? 35 के बीच। ਤੇ ਕਿੱਥੇ ਦੇ ਰਹਿਣ ਵਾਲੇ ਸੀ? ਇਹ ਪਿੰਡ ਬੌਂਦਲੀ ਤੋਂ ਆਈ, ਤਹਿਸੀਲ ਸਮਰਾਲਾ, ਡਿਸਟ੍ਰਿਕਟ ਲੁਧਿਆਣਾ। ਕਿੰਨੇ ਕੁ ਵਜੇ ਦੀ ਘਟਨਾ ਹੈ? ਇਹ ਸ਼ਾਮੀ ਹੈਗੀ 7:15 ਵਜੇ ਦੀ। ਹੋਇਆ ਕੀ ਸੀ? ਅਸੀਂ ਕੰਮ ਤੋਂ ਆ ਰਹੇ ਸੀ ਜੀ, ਰਸਤੇ ਦੇ ਵਿੱਚ ਵਹੀਕਲ ਖੜਾ ਹੋਣ ਕਰਕੇ, ਐਲਪੀ ਗੱਡੀ ਰੋਡ ਤੇ ਖੜੀ ਹੋਣ ਕਰਕੇ ਬੇਧਿਆਨ ਦੇ ਕਾਰਨ ਇਹ ਗੱਡੀ ਦੇ ਵਿੱਚ ਟਕਰਾ ਗਿਆ। ਉਹ ਗੱਡੀ ਦਾ ਜਿਹੜਾ ਜੋ ਵੀ ਸੀਗਾ, ਲਾਈਟਾਂ ਕੁਛ ਨਹੀਂ ਸੀਗੀਆਂ, ਉਹ ਗੱਡੀ ਦੇ ਵਿੱਚ ਵੱਜਣ ਕਾਰਨ ਸਿਰ ਤੇ ਸੱਟ ਵੱਜ ਗਈ। ਕਿੱਥੇ ਤੋਂ ਕਿੱਥੇ ਜਾ ਰਹੇ ਸੀ? ਅਸੀਂ ਖੰਨੇ ਤੋਂ ਆਪਣੇ ਸਮਰਾਲੇ ਆ ਰਹੇ ਸੀਗੇ। ਅਤੇ ਮੌਕੇ 'ਤੇ ਡੈਥ ਹੋ ਗਈ? ਹਾਂਜੀ, ਮੌਕੇ 'ਤੇ ਉਹਨਾਂ ਦੀ ਡੈਥ ਹੋ ਗਈ। ਅਤੇ ਉਹ ਤੋਂ ਬਾਅਦ ਫਿਰ ਕੀ ਇੱਥੇ ਸਮਰਾਲੇ ਹੋਸਪਿਟਲ ਲੈ ਕੇ ਜਾਂਦੇ? ਹਾਂਜੀ, ਉਹਨਾਂ ਨੂੰ ਸਿਵਲ ਹੋਸਪਿਟਲ ਅਸੀਂ ਬੁਲਾਇਆ, ਇੱਥੇ ਰੱਖਿਆ। ਅਤੇ ਕੀ ਕਹਿਣਾ ਚਾਹੁੰਦੇ ਸਾਰੀ ਘਟਨਾ ਨੂੰ ਲੈ ਕੇ? ਘਟਨਾ ਤਾਂ ਬਹੁਤ ਜ਼ਿਆਦਾ ਭਿਆਨਕ ਹੋਈ ਹੈ ਜੀ, ਸਾਨੂੰ ਇਹਦੇ ਵਿੱਚ ਬਹੁਤ ਜ਼ਿਆਦਾ ਸਾਡਾ ਦੁਖੀ ਹਿਰਦੇ ਨਾਲ ਕੁਛ ਕਹਿ ਵੀ ਨਹੀਂ ਹੁੰਦਾ ਹੈਗਾ ਸਾਤੋਂ, ਸਾਡੇ ਨਾਲ ਬਹੁਤ ਭਾਣਾ ਪੁੱਠਾ ਵਾਪਰ ਰਿਹਾ। ਕਿੰਨੇ ਭੈਣ ਭਰਾ ਸੀ? ਅਤੇ ਜਸਵੀਰ ਸਿੰਘ ਹੋਣੀ ਇਕੱਲਾ ਭਰਾ ਜੀ, ਅੱਠ ਭੈਣਾਂ ਨੇ, ਮਾਂ ਬਾਪ ਗਰਦ ਨੇ ਉਹਨਾਂ ਦੇ। ਅੱਠ ਭੈਣਾਂ ਦਾ ਇਕਲੌਤਾ ਭਰਾ ਸੀ? ਇਕਲੌਤਾ ਭਰਾ ਜੀ। ਛੋਟਾ ਸੀ ਸਾਰਿਆਂ ਨੂੰ ਵੱਡਾ? ਹਾਂਜੀ, ਸਾਰਿਆਂ ਨੂੰ ਛੋਟਾ ਭਰਾ। ਅਤੇ ਬੜੀ ਮਾੜੀ ਘਟਨਾ ਹੋਈ ਹੈ, ਇਹਨੂੰ ਲੈ ਕੇ ਤੁਸੀਂ ਪ੍ਰਸ਼ਾਸਨ ਅੱਗੇ ਕੀ ਗੁਹਾਰ ਲਾਉਣ ਜਾਂਦੇ ਹੋ? ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹੋ ਜਿਹੀਆਂ ਘਟਨਾ ਦਿਨ ਪਰ ਦਿਨ ਵੱਧਦੀਆਂ ਜਾ ਰਹੀਆਂ ਨੇ, ਜੋ ਵੀ ਵਹੀਕਲ ਚੱਲ ਰਹੇ ਨੇ ਰੋਡ 'ਤੇ ਉਹਨਾਂ ਦਾ ਕੁਛ ਖਾਸ ਪ੍ਰਬੰਧ, ਧੁੰਦ ਕਾਰਨ ਕਹਿ ਲਓ ਜਾਂ ਕੁਛ ਵੀ ਖੜੇ ਹੋਣ ਕਾਰਨ ਕਹਿ ਲਓ, ਬਹੁਤ ਜ਼ਿਆਦਾ ਵਾਪਰ ਰਹੇ ਨੇ। ਜਿਹੜਾ ਟਰੱਕ ਰੋਡ ਦੇ ਉੱਪਰ ਖੜਾ ਸੀ? ਹਾਂਜੀ, ਉਹ ਰੋਡ ਦੇ ਉੱਪਰ ਖੜਾ ਟਰੱਕ। ਹਰਜਿੰਦਰ ਸਿੰਘ ਜੀ ਜਿਹਨਾਂ ਦੀ ਡੈਥ ਹੋਈ ਐਕਸੀਡੈਂਟ 'ਚ, ਉਹਨਾਂ ਦਾ ਨਾਂ ਕੀ ਹੈ? ਉਹ ਜਸਵੀਰ ਸਿੰਘ ਜੀ, ਮੇਰਾ ਰਿਸ਼ਤੇਦਾਰ ਸੀ ਸਾਲਾ ਜੀ। ਕਿੰਨੀ ਕੁ ਉਮਰ ਉਹਨਾਂ ਦੀ? ਉਮਰ ਹੋਊਗੀ 33-34 ਸਾਲ ਸੀਗੀ ਜੀ। ਬੱਚਾ ਹੈ ਕੋਈ? ਬੱਚਾ ਗੁੜੀ ਹੈ ਜੀ। ਕਿੱਥੋਂ ਆ ਰਹੇ ਸੀਗੇ ਜੀ? ਉਹ ਸਮਰਾਲਾ ਰੋਡ ਤੋਂ ਗ੍ਰੀਨ ਪਾਰਕ 'ਚੋਂ ਲੈਂਟਰ ਪਾ ਕੇ ਕੰਮ ਤੋਂ ਆਏ ਨੇ। 6 ਵਜੇ ਸਾਡਾ ਲੈਂਟਰ ਪਿਆ, 6:30 ਤਕਰੀਬਨ ਉਹ ਤੁਰ ਗਏ ਆ 35-40 ਮਿੰਟ ਦੇ। ਕਿੰਨੇ ਕੁ ਵਜੇ ਹੋਈ ਘਟਨਾ ਹੈ? ਇਹ 7 ਵਜੇ ਦੇ ਆਸ ਪਾਸ ਹੋਈ ਆ, 5-7 ਮਿੰਟ ਪਹਿਲਾਂ ਹੋਈ ਆ ਬਾਅਦ ਜੀ। ਢਿੱਲਵਾਂ ਦੱਸਿਆ ਜਾਂ ਫੋਨ ਆਇਆ ਚੌਂਕੀ ਤੋਂ। ਹੋਈ ਕਿਸ ਤਰ੍ਹਾਂ ਜੀ? ਇਹ ਖੜਾ ਸੀ ਟਰੱਕ ਜੀ, ਡਾਲਾ ਉਹਦਾ ਖੁੱਲ੍ਹਿਆ ਸੀ ਥੱਲੇ ਨੂੰ, ਲਾਈਟਾਂ ਇੰਡੀਕੇਟ ਕੁਛ ਹੁੰਦੀ ਹੈ, ਜਿਹੜੀ ਚਿੱਟੀ ਲਾਈਟ ਆ ਰਹੀ ਆ ਪੱਟੀ, ਉਹਦੇ ਸੈਂਟਰ ਤੋਂ ਗੱਡੀ ਸੈਂਟਰ 'ਤੇ ਖੜੀ ਸੀਗੀ। ਇਹ ਚਿੱਟੀ ਪੱਟੀ ਤੋਂ ਵੀ ਬਾਹਰ ਕ੍ਰੋਸ ਕਰਨ ਲੱਗੇ, ਜਾਂ ਦੇਖਿਆ ਨਹੀਂ, ਜਾਂ ਇਹਨੂੰ ਅਚਾਨਕ ਕਹਿ ਲਓ ਜਾਂ ਉਹਦੀਆਂ ਲਾਈਟਾਂ ਨਹੀਂ ਲੱਗੀਆਂ ਹੈਗੀਆਂ, ਉਹਦੇ ਜਾ ਕੇ ਵਿੱਚ ਅਚਾਨਕ ਵਿੱਚ ਵੱਜੇ ਜੀ। ਮੌਕੇ 'ਤੇ ਡੈਥ? ਮੌਕੇ 'ਤੇ ਕਹਿੰਦੇ ਨੇ ਡੈਥ ਹੋ ਗਈ, ਮੈਨੂੰ ਤਾਂ 9 ਵਜੇ ਪਤਾ ਲੱਗਿਆ ਜੀ, ਇੱਥੇ 7 ਵਜੇ ਦੇ ਆਸ ਪਾਸ ਹੋਏ ਨੇ। ਕਿੰਨੇ ਭੈਣ? ਜਦੋਂ ਅਸੀਂ 9:30 ਵਜੇ ਉਰੇ ਆ ਗਏ ਹਾਂ। ਕਿੰਨੇ ਭੈਣ ਭਾਈ ਨੇ? 8 ਭੈਣਾਂ ਨੇ ਜੀ, ਇਕੱਲਾ ਭਰਾ ਸੀਗਾ। 8 ਭੈਣਾਂ ਦਾ ਇਕੱਲਾ ਭਰਾ, ਛੋਟਾ ਸੀਗਾ? ਛੋਟਾ ਹੀ ਸਾਰਿਆਂ ਨੇ। ਅਤੇ ਐਡੀ ਮੰਦਭਾਗੀ ਘਟਨਾ ਹੋਈ ਆ, ਇਹਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ? ਦੇਖੋ ਜੀ, ਪ੍ਰਸ਼ਾਸਨ ਨੂੰ ਇਹੀ ਕਹਿਣੇ ਜਾਂਦੇ ਹੁਣ, ਮੇਨ ਤਾਂ ਗੱਡੀ ਵਾਲਾ ਕਸੂਰ ਆ ਗਿਆ ਨੇ, ਸੈਂਟਰ ਤੋਂ ਚਿੱਟੀ ਲਾਈਨ ਤੋਂ ਦੇਖੋ ਬਾਹਰ ਖੜੀ ਹੈ ਗੱਡੀ, ਉਹ ਤੋਂ ਵੀ 1.5 ਫੁੱਟ ਜਾ ਕੇ ਫੁੱਟੇ ਦਾ ਸਿੱਧਾ ਸਿਰ ਵੱਜ ਰਿਹਾ ਜਾ ਕੇ, ਰਾਤੀ ਦੇਖ ਕੇ ਗਏ ਹਾਂ। ਸੈਂਟਰ 'ਚ ਗੱਡੀ ਸੀ ਵੀ ਇਹ ਕੋਈ ਗੱਡੀ ਕਿਹਦੀ ਸੀਗੀ ਜੀ? ਗੱਡੀ ਤਾਂ ਨੰਬਰ ਜੀ DUP ਦੀ ਗੱਡੀ ਲੱਗਦੀ ਹੈ ਜੀ। ਇਹ ਕਾਹਦੇ ਲਈ ਖੜੀ ਸੀ ਉੱਥੇ? ਖਰਾਬ ਸੀ ਕੀ ਸੀ? ਖਰਾਬ ਨਹੀਂ, ਖਾਲੀ ਗੱਡੀ ਸੀ, ਡਾਲਾ ਥੱਲੇ ਨੂੰ ਖੋਲਿਆ, ਇੰਡੀਕੇਟਰ ਵੀ ਦੇਖ ਰਹੇ ਸੀ, ਰੋਡ ਦੇ ਗੱਭੇ ਖੜੀ ਸੀ ਚਿੱਟੀ ਪੱਟੀ ਦੇ, ਅਤੇ ਸੈਲੂਆਂ ਜਿਹੜਾ ਦੁਆਲੇ ਨੂੰ ਰਾਹ ਮੁੜਦਾ ਉਹਦੇ ਆਸ ਪਾਸ ਨੇੜੇ ਖੜੀ ਜੀ। ਸਾਰੀ ਘਟਨਾ ਗੱਡੀ ਦੇ ਕਾਰਨ? ਹਾਂਜੀ ਹਾਂ, ਬੰਦੇ ਤਾਂ ਹੁਣ ਇੰਚਾਰਜ ਦੱਸ ਰਹੇ ਚੌਂਕੀ ਤੋਂ, ਰਾਤ ਸਤਪਾਲ ਸਿੰਘ ਜੀ,
ਵੀ ਮੌਕੇ 'ਤੇ 10-15 ਬੰਦੇ ਇਕੱਠੇ ਹੋ ਗਏ। ਕਹਿੰਦੇ ਗੱਡੀ ਫੜ ਲਈ ਆ ਵੀ ਜਦੋਂ ਬੰਦਿਆਂ ਨੇ ਰੋਕਿਆ ਡਰਾਈਵਰ ਦਾ ਹੁਣ ਪਤਾ ਨਹੀਂ ਭੱਜਿਆ ਜਾ ਕਿੱਧਰ ਗਿਆ, ਗੱਡੀ ਉਹਨਾਂ ਨੇ ਫੜ ਲਈ ਆ, ਮੋਟਰਸਾਈਕਲ ਵੀ ਉਹਦਾ ਥਾਣੇ ਲੱਗੇ ਕਿੱਟ ਵੀ ਕਹਿੰਦੇ ਉੱਥੇ ਆ ਕਿੱਟ ਦੇਤੀ, ਫੋਨ ਕਹਿੰਦੇ ਫੁੱਟ ਗਿਆ ਸੀਗਾ। ਸਾਡੇ ਕੋਲ ਕੱਲ੍ਹ ਰਾਤੀ ਇੱਕ ਅਨਆਡੈਂਟੀਫਾਈਡ ਬੋਡੀ ਆਈ ਸੀਗੀ ਜਿਹੜੀ ਰਾਤ ਦੇ ਹੁਣ ਸਵੇਰ ਤੱਕ ਹੁੰਦੇ ਹੁੰਦੇ ਹੀ ਆਈਡੈਂਟੀਫਾਈ ਹੋ ਚੁੱਕੀ ਹੈ। ਉਹਦਾ ਨਾਮ ਹੈ ਜਸਵੀਰ ਸਿੰਘ ਬੋਂਦਲ ਪਿੰਡ ਦਾ ਆ, ਹਰੀਆਣਾ ਪੇਸ਼ੈਂਟ, ਅਤੇ ਉਹਦੀ ਉਮਰ ਅੰਦਾਜ਼ਨ 30 ਸਾਲ ਦੇ ਅਰਾਊਂਡ। ਮੈਡਮ ਕਿਵੇਂ ਹੋਇਆ ਐਕਸੀਡੈਂਟ, ਕਿਵੇਂ ਦੱਸਿਆ? ਕਿਸੇ ਟਰੱਕ ਦੇ ਵਿੱਚ, ਖੜ੍ਹੇ ਟਰੱਕ ਦੇ ਵਿੱਚ ਕਹਿੰਦੇ ਆ ਵੱਜਿਆ ਪੇਸ਼ੈਂਟ, ਪੁਲਿਸ ਦੀ ਜਾਂਚ ਕਰ ਰਹੀ ਹੈ।